ਬੀਤੇ ਦਿਨੀ ਅੰਮ੍ਰਿਤਸਰ ਦੇ ਅਟਾਰੀ ਬਾਰਡਰ ਤੋਂ ਪਕੜੇ ਗਏ ਨਮਕ ਦੇ ਟਰੱਕ ਚੋਂ ਪਕੜੀ ਗਈ ਕਰੋੜਾਂ ਰੁਪਏ ਦੀ ਹੀਰੋਇਨ ਤਸਕਰੀ ਮਾਮਲੇ 'ਚ ਪੁਲਿਸ ਨੇ ਗ੍ਰਿਫਤਾਰ ਕਰਦੇ ਹੋਏ ਕਸ਼ਮੀਰ ਨਿਵਾਸੀ ਤਾਰਿਕ ਲੋਨ ਅਤੇ ਅੰਮ੍ਰਿਤਸਰ ਨਿਵਾਸੀ ਗੁਰਪਿੰਦਰ ਸਿੰਘ ਨੂੰ ਅੱਜ ਅਜਨਾਲਾ ਦੀ ਕੋਰਟ 'ਚ ਪੇਸ਼ ਕੀਤਾ। ਪੁੱਤਰ ਸ੍ਰੀ ਅਬਦੁਲ ਮਜੀਦ ਲੋਨ ਵਾਸੀ ਲੋਨ ਮਹੱਲਾ ਰੁਪਿੰਦਾ ਤਾਰਤਪੁਰਾ ਹਰਦੁਆਰਾ ਕੁਪਵਾਰਾ ਜੰਮੂ ਅਤੇ ਕਸ਼ਮੀਰ। ਦੂਜਾ ਗੁਰਪਿੰਦਰ ਸਿੰਘ ਪੁੱਤਰ ਸ੍ਰੀ ਜਗਜੀਤ ਸਿੰਘ ਵਾਸੀ ਮਕਾਨ ਨੰਬਰ 277 ਗਲੀ ਨੰਬਰ 8 ਹੁਸੈਨਪੁਰਾ ਪੂਰਬੀ ਅੰਮ੍ਰਿਤਸਰ। ਅੱਜ ਇਹਨਾਂ ਨੂੰ ਮੁਕੱਦਮਾ ਨੰਬਰ 76 ਮਿਤੀ 2/5/19 ਜੁਰਮ 21/29/65 NPA Act 379 411-473 IPC ਥਾਣਾ ਰਾਈਸੈਂਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ। ਇਹਨਾਂ ਨੂੰ ਜਿਹੜਾ ਆਪਾਂ ਇੱਥੇ ਰਿਮਾਂਡ 'ਤੇ ਲਿਆਂਦਾ ਸੀ, ਅੱਜ ਜੱਜ ਸਾਹਿਬ ਨੇ ਇਹਨਾਂ ਨੂੰ 14 ਦਿਨ ਦਾ ਜਡੀਸ਼ਲ ਰਿਮਾਂਡ ਅੰਮ੍ਰਿਤਸਰ ਦਾ ਦਿੱਤਾ ਸੀ। ਇੱਕ ਨੇ ਠਾਣਾ ਲਿਆ, ਕੋਈ ਮੰਗ ਕੀਤੀ ਗਈ ਸੀ? ਮੰਗ ਕੀਤੀ ਸੀ ਉਹਨਾਂ ਨੇ ਰਿਮਾਂਡ ਦੀ ਮੰਗ ਕੀਤੀ, ਪਰ ਜੱਜ ਸਾਹਿਬ ਨੇ ਨਹੀਂ ਦਿੱਤਾ। ਪੁਲਿਸ ਨੇ ਦੋਸ਼ੀਆਂ ਦਾ ਰਿਮਾਂਡ ਮੰਗਿਆ ਸੀ, ਲੇਕਿਨ ਅਦਾਲਤ ਦੇ ਵੱਲੋਂ ਦੋਨਾਂ ਦੋਸ਼ੀਆਂ ਨੂੰ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜਣ ਦੇ ਆਦੇਸ਼ ਜਾਰੀ ਕੀਤੇ ਗਏ।